ਸੁਣ ਸੁਬਤ ਵਿਚਾਰਾ ਨਦੀ ਹੈ ਸੁਣ ਸੁਬਤ ਵਿਚਾਰਾ ਇਹ ਮਨ ਹਰ ਸੇ ਹਰ ਦੁਆ ਮਨ ਵੀ ਹੈ ਸੁਣ ਸੁਬਤ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਰੀਏ ਦੀਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 468 ਦੇ ਉਪਰ ਅੰਕਿਤ ਆਸਾ ਰਾਗ ਦੇ ਵਿੱਚ ਗੁਰਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਾਰ ਜਿਹੜੀ ਗੁਰੂ ਘਰਾਂ ਵਿੱਚ ਅੰਮ੍ਰਿਤ ਵੇਲੇ ਕੀਰਤਨ ਦੇ ਰੂਪ ਵਿੱਚ ਗਾਈ ਜਾਂਦੀ ਹੈ ਉਹਦੀਆਂ ਨੌ ਪੌੜੀਆਂ ਦੀ ਵਿਚਾਰ ਕੱਲ ਤੱਕ ਹੋਈ ਸੀ ਅੱਜ ਦਸਵੀਂ ਪੌੜੀ ਤੇ ਦਸਵੀਂ ਪੌੜੀ ਦੇ ਨਾਲ ਇਹ ਦੋ ਸ਼ਲੋਕ ਨੇ ਦੋਨੋਂ ਹੀ ਗੁਰਨਾਨਕ ਪਾਤਸ਼ਾਹ ਦੇ ਸ਼ਲੋਕ ਨੇ ਸ਼ਲੋਕ ਮਹਲਾ ਪਹਿਲਾ ਧਨ ਗੁਰਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਲੋਕ ਇਸ ਵਿੱਚ ਗੁਰੂ ਪਾਤਸ਼ਾਹ ਜਿਹੜਾ ਕਨਸੈਪਟ ਦੇ ਰਹੇ ਨੇ ਉਹ ਆਖਰੀ ਪੰਕਤੀ ਵਿੱਚ ਹੈ ਸ਼ਲੋਕ ਦੀ ਆਖਰੀ ਪੰਕਤੀ ਨਾਨਕ ਬਖਾਣਾ ਬੇਨਤੀ ਤੁਦਬਾਜ ਕੁੜਕੂੜ ਜੇ ਅੰਦਰੋਂ ਰੱਬ ਤੋਂ ਟੁੱਟਿਆ ਹੋਇਆ ਮਨ ਹੈ ਅੰਦਰ ਰੱਬ ਦੀ ਪੈ ਪਾਵਨੀ ਨਹੀਂ ਰੱਬੀ ਉਪਦੇਸ਼ ਚੰਗੇ ਨਹੀਂ ਲੱਗ ਰਹੇ ਰੱਬ ਦੇ ਗੁਣਾ ਵਾਲਾ ਜੀਵਨ ਜਿਉਣਾ ਚੰਗਾ ਨਹੀਂ ਲੱਗ ਰਿਹਾ ਨਿਮਰਤਾ ਦੀ ਬਜਾਏ ਹੰਕਾਰ ਦੂਜਿਆਂ ਤੇ ਪ੍ਰਭਾਵ ਪਾਉਣ ਦਾ ਰਾਸ ਚੰਗਾ ਲੱਗ ਰਿਹਾ। ਜੇ ਸਹਿਨਸ਼ੀਲਤਾ ਦੀ ਬਜਾਏ ਗਰੋਧ ਵਿੱਚ ਆ ਕੇ ਆਪ ਤੋਂ ਮਾੜੇ ਤੇ ਗੁੱਸਾ ਕੱਢਣ ਦਾ। ਰਾਸ ਚੰਗਾ ਲੱਗ ਰਿਹਾ। ਧੜੇ ਬੰਨੀਆਂ ਦੇ ਵਿੱਚ ਪਹਿਣਾ ਚੰਗਾ ਲੱਗ ਰਿਹਾ। ਧੜੇ ਬੰਦੀਆਂ ਦਾ ਟਕਰਾ ਚੰਗਾ ਲੱਗ ਰਿਹਾ। ਉਹ ਗੱਲਾਂ ਬਾਤਾਂ ਚੰਗੀਆਂ ਲੱਗ ਰਹੀਆਂ ਨੇ। ਤਾਂ ਹਾਲੇ ਗੁਣਾ ਵਾਲਾ ਸਵਾਦ ਰਾਸ ਨਹੀਂ ਆਇਆ। ਰੱਬ ਦੇ ਗੁਣਾ ਤੋਂ ਟੁੱਟਿਆ ਹੋਇਆ, ਰੱਬੀ ਉਪਦੇਸ਼ਾਂ ਤੋਂ ਟੁੱਟਿਆ ਹੋਇਆ, ਗੁਰਬਾਣੀ ਦੀਆਂ ਸਿਖਿਆ ਮਨਨ ਨੂੰ ਮਨ ਕਰਦਾ ਨਹੀਂ ਤਾਂ ਤੇਰੇ ਲਈ ਆ ਸਭ ਕੁਝ ਜਿਹੜਾ ਨਾ ਕੂੜਾ ਹੈ ਕੂੜ ਹੁੰਦਾ ਛਾਲ ਛਾਲ ਕੀ ਹੈ ਜਦੋਂ ਕਿਤੇ ਕੋਈ ਜਾਦੂਗਰ ਤਮਾਸ਼ਾ ਦਿਖਾਉਂਦਾ ਹੈ ਤੇ ਉਹ ਤੁਹਾਨੂੰ ਦਿਖਾ ਦਿੰਦਾ ਕਿ 1 ਰੁਪਏ ਤੋਂ 2 ਬਣਾ ਦਿੱਤੇ ਫਲਾਣਾ ਕਰ ਦਿੱਤਾ ਤिमका ਕਰ ਦਿੱਤਾ ਸਭ ਛਾਲ ਹੈ ਉਹ ਜੋ ਦਿਖਾਈ ਦੇ ਰਿਹਾ ਉਹ ਨਹੀਂ ਹੈ ਜੋ ਹੈ ਉਸ ਨੂੰ ਛੁਪਿਆ ਉਹ ਛੁਪਿਆ ਹੋਇਆ ਇਸੇ ਤਰ੍ਹਾਂ ਜਿਹੜੀ ਪਲੇ ਕੀਤਾ ਜਾਂਦਾ ਹੈ ਡਰਾਮਾ ਕੀਤਾ ਜਾਂਦਾ ਹੈ ਡਰਾਮੇ ਵਿੱਚ ਰੋ ਕੇ ਦਿਖਾਇਆ ਜਾਂਦਾ ਹੈ ਡਰਾਮੇ ਵਿੱਚ ਹੱਸ ਕੇ ਦਿਖਾਇਆ ਜਾਂਦਾ ਹੈ ਛਾਲਾ ਹੈ ਅਸਲੀਅਤ ਨਹੀਂ ਹੈ ਅਸਲੀਅਤ ਜ਼ਿੰਦਗੀ ਕੁਛ ਹੋਰ ਹੁੰਦੀ ਹੈ ਇਸੇ ਲਈ ਸੀਰੀਅਲ ਫਿਲਮਾਂ ਦੇ ਵਿੱਚ ਜਿਹੜੀ ਜੀਵਨ ਹੈ ਨਾ ਉਸਲੀਅਤ ਨਹੀਂ ਹੁੰਦੀ ਉਹ ਤਾਂ ਬਣਾਈਆਂ ਸਟੋਰੀਆਂ ਹੁੰਦੀਆਂ ਨੇ ਜੇ ਰੱਬ ਤੋਂ ਟੁੱਟਿਆ ਹੋਇਆ ਤੇ ਤੈਨੂੰ ਸਭ ਕੁਝ ਹੀ ਉਲਝਾਏਗਾ ਸਭ ਕੁਝ ਦੇ ਵਿੱਚ ਤੂੰ ਫਸੇਗਾ ਉਸ ਨੂੰ ਗੁਰੂ ਪਾਤਸ਼ਾਹ ਇੰਜ ਪੇਸ਼ ਕਰ ਰਹੇ ਨੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਸਮਝ ਲੈ ਇਹ ਜਿਹੜਾ ਸੰਸਾਰ ਹੈ ਨਾ ਇਸ ਤਰ੍ਹਾਂ ਦਾ ਇੱਕ ਛਾਲ ਰੂਪ ਹੈ ਇੱਥੇ ਕੋਈ ਰਾਜਾ ਬਣਿਆ ਹੋਇਆ ਕੋਈ ਪਰਜਾ ਬਣਿਆ ਹੋਇਆ ਰਾਜਾ ਰਾਜਸત્તા ਦੇ ਨਸ਼ੇ ਵਿੱਚ ਉਲਝਿਆ ਹੋਇਆ ਪਰਜਾ ਜਿਹੜੀ ਹੈ ਉਹਦੀ ਗੁਲਾਮੀ ਵਿੱਚ ਉਲਝੀ ਹੋਈ ਹੈ ਗੁਲਾਮ ਮਾਨਸਿਕਤਾ ਵਿੱਚ ਰੱਬ ਤੋਂ ਟੁੱਟਣ ਕਰਕੇ ਰਾਜਾ ਹੰਕਾਰ ਦੇ ਨਸ਼ੇ ਵਿੱਚ ਪਦਵੀ ਵਾਲਾ ਪਦਵੀ ਦੇ ਨਸ਼ੇ ਚੋਂ ਬਾਹਰ ਨਹੀਂ ਨਿਕਲਦਿਆ ਤੇ ਪ੍ਰਜਾ ਗੁਲਾਮ ਮਾਨਸਿਕਤਾ ਤੋਂ ਬਾਹਰ ਨਹੀਂ ਨਿਕਲਦੀ ਉਹਨਾਂ ਦੀਆਂ ਮਥਾਜੀਆਂ ਕਰਨੀਆਂ ਚਾਪਲੂਸੀਆਂ ਕਰਨੀਆਂ ਇਹ ਸਭ ਛਲ ਹੈ ਇਹਦੇ ਵਿੱਚ ਉਲਝ ਗਿਆ ਕੂੜ ਮੰਡਪ ਕੂੜ ਮਾੜੀ ਕੂੜ ਵਸਨਹਾਰ ਮੰਡਪ ਸ਼ਾਮਿਆਨੇ ਤਾਣੇ ਹੋਏ ਮਾੜੀ ਮਹਿਲ ਯਾਨੀ ਅਮੀਰੀ ਦੀ ਦਿਖ ਵਿੱਚ ਉਲਝ ਗਿਆ ਰੱਬ ਤੋਂ ਟੁੱਟਿਆ ਤਾਂ امیਰੀ ਦੀ ਦਿਖ ਵੀ ਤੇਰੇ ਲਈ ਛਲ ਬਣੇਗੀ ਤੈਨੂੰ ਉਲਝਾ ਲੇਗੀ ਕੂੜ ਸੋਇਨਾ ਕੂੜ ਰੁਪਾ ਕੂੜ ਪਹਿਨਣ ਹਾਰ ਸੋਇਨਾ ਚਾਂਦੀ ਪਹਿਨਣੇ ਵਿਖਾਵਾ ਕਰਨਾ ਔਰ ਉਹ ਸਭ ਕੁਝ ਤੈਨੂੰ ਉਲਝਾ ਰਿਹਾ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਸਰੀਰ ਦਾ ਲੋਕਾਂ ਤੇ ਪ੍ਰਭਾਵ ਪਾਉਣਾ ਕੱਪੜੇ ਪਹਿਨਣੇ ਫੈਸ਼ਨ ਕਰਨਾ ਆਪਣੇ ਰੂਪ ਦਾ ਹੰਕਾਰ ਕਰਨਾ ਇਹ ਸਭ ਕੁਝ ਤੈਨੂੰ ਉਲਝਾਈ ਬਿਠਾਏ ਰੱਬ ਤੋਂ ਟੁੱਟਿਆ ਹੋਣ ਕਰਕੇ ਤੈਨੂੰ ਇਹ ਨਾਲ ਉਲਝਾਈ ਬਿਠਾਏ ਇਸ ਮਾਰਗ ਤੇ ਤੁਰਨਾ ਖਾਅ ਲੱਗ ਰਿਹਾ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਮੀਆਂ ਬੀਬੀ ਪਤੀ ਪਤਨੀ ਇੱਕ ਦੂਸਰੇ ਨਾਲ ਜ਼ਿੰਦਗੀ ਜਿਉਂਦੇ ਆ ਖੱਜਲ ਖਵਾਰ ਹੋ ਰਹੇ ਨੇ ਇਹਨਰਲੇ ਹੋਣਗੇ ਜਿਹੜੇ ਇੱਕ ਦੂਸਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਨੇ ਨਹੀਂ ਤਾਂ ਉਹਨੂੰ ਲੱਗਦਾ ਮੈਂ ਵੱਡਾ ਮੇਰਾ ਖਾਨਦਾਨ ਵੱਡਾ ਉਹਨੂੰ ਲੱਗਦਾ ਮੈਂ ਚੰਗਾ ਮੇਰਾ ਖਾਨਦਾਨ ਚੰਗਾ ਇੱਕ ਦੂਸਰੇ ਨੂੰ ਤਾਣੇ ਮਿਹਣਿਆਂ ਦੀ ਬਿਰਤੀ ਇਹ ਸਭ ਕੁਝ ਤੇਰੇ ਲਈ ਕੂੜ ਹੋ ਗਿਆ ਕੂੜ ਕੂੜ ਐਨ੍ਹ ਲੱਗਾ ਵਿਸਰਿਆ ਕਰਤਾਰ ਕਿਉਂਕਿ ਕੂੜ ਤੇਰੇ ਅੰਦਰ ਹੈ ਤੇ ਬਾਹਰ ਕੂੜ ਨਾਲ ਹੀ ਤੇਰਾ ਬਾਪ ਹੈ ਗਿਆ ਤੇ ਰੱਬ ਤੈਨੂੰ ਵਿਸਰ ਗਿਆ ਤੇ ਰੱਬੀ ਉਪਦੇਸ਼ ਚੰਗੇ ਨਹੀਂ ਲੱਗਦੇ ਮੰਨਣੇ ਔਖੇ ਲੱਗਦੇ ਨੇ ਰੱਬੀ ਗੁਨਾ ਵਾਲਾ ਜੀਵਨ ਜਿਉਣਾ ਔਖਾ ਲੱਗਦਾ ਹੈ ਸੋਚ ਸਭਾ ਉਹ ਦੀ ਸ਼ਾਨਣੀ ਆ ਗਈ ਹੈ ਹਰ ਚੀਜ਼ ਨੂੰ ਸਭਾ ਵਿੱਚ ਸੋਚ ਵਿੱਚ ਛਾਣਨੇ ਆ ਮੰਨ ਨਹੀਂ ਰਿਹਾ ਕਿਸ ਨਾਲ ਕੀ ਚਾਹ ਦੋਸਤੀ ਸਭ जग ਚਲਨਹਾਰ ਸਤਗੁਰੂ ਜੀ ਕਹਿੰਦੇ ਕਿਹਦੇ ਨਾਲ ਦੋਸਤੀ ਕਰਕੇ ਦੇਖੀਏ ਸਾਰੇ ਹੀ ਚਲਨਹਾਰ ਨੇ ਚਲਨਹਾਰ ਦੇ ਅਰਥੇ ਵੀ ਹੈ ਕਿ ਸੰਸਾਰ ਤੋਂ ਸਭ ਨੇ ਚਲੇ ਜਾਣਾ ਜੇ ਸੰਸਾਰ ਤੋਂ ਹੀ ਚਲੇ ਜਾਣਾ ਤੇ ਫਿਰ ਕਿਉਂ ਇਨਾਂ ਚੀਜ਼ਾਂ 'ਚ ਉਲਝਿਆ ਜਾਵੇ ਕੂੜ ਮਿੱਠਾ ਕੂੜ ਮੱਖਿਓ ਕੂੜ ਡੋਬੇ ਪੂਰ ਮਿੱਠੇ ਰਸ ਉਹਨਾਂ ਜ਼ਮਾਨਾ ਸ਼ਹਿਦ ਵਗੈਰਾ ਰੱਖਦੇ ਇਹ ਜੋ ਕੁਝ ਵੀ ਤੂੰ ਮਿੱਠੇ ਰਸ ਮੰਨ ਰਿਹਾ ਨਾ ਰੱਬ ਤੋਂ ਟੁੱਟਣ ਕਰਕੇ ਇਹ ਸਭ ਕੁਝ ਤੈਨੂੰ ਉਲਝਾ ਰਹੇ ਨੇ ਤੂੰ ਡੁੱਬ ਰਿਹਾ ਹੈ ਇਹਦੇ ਵਿੱਚ ਇਸ ਰੌਂਗ ਟੈਨਸ਼ਨ ਵਿੱਚ ਡੁੱਬ ਰਹੇ ਆ ਨਾਨਕ ਬਖਾਣਾ ਬੇਨਤੀ ਤੁਧ ਬਾਦ ਕੂੜੋ ਕੂੜ ਨਾਨਕ ਜੀ ਬੇਨਤੀ ਕਰਦੇ ਨੇ ਭਾਈ ਨਰਬਤ ਟੁੱਟ ਟੁਟ ਕੇ ਰੱਬੀ ਉਪਦੇਸ਼ਾਂ ਨੂੰ ਜ਼ਿੰਦਗੀ ਚ ਨਾ ਜਿਉਣ ਕਰਕੇ ਰੱਬ ਦੇ ਗੁਨਾ ਵਾਲਾ ਜੀਵਨ ਨਾ ਔਣ ਕਰਕੇ ਸਭ ਕੁਝ ਛਲ ਬਣ ਗਿਆ ਧੋਖਾ ਬਣ ਗਿਆ ਇਹਦੇ ਚ ਉਲਝ ਗਿਆ ਮਨੁੱਖ ਆਪਣੀ ਹੀ ਬੁਣੀ ਹੋਈ ਉਲਝਣ ਤਾਣੀ ਵਿੱਚ ਐਸਾ ਫਸ ਗਿਆ ਨਿਕਲ ਨਾ ਔਖਾ ਹੋ ਰਿਹਾ ਮਹੱਲਾ ਪਹਿਲਾ ਅਗੇ ਗੁਰਨਾਨਕ ਪਾਤਸ਼ਾਹ ਜੀ ਦਾ ਦੂਸਰਾ ਸ਼ਲੋਕ ਹੈ ਦਸਵੀਂ ਪੌੜੀ ਦੇ ਨਾਲ ਸੱਚ ਤਾਂ ਪਰ ਜਾਣੀ ਐ ਜੇ ਹਿਰਦੈ ਸੱਚਾ ਹੋਏ ਸੱਚ ਦੀ ਸਮਝ ਤਾਂ ਆਏਗੀ ਸੱਚ ਕੀ ਹੈ ਰੱਬ ਆਪ ਸੱਚ ਹੈ ਰੱਬੀ ਉਪਦੇਸ਼ ਸੱਚਾ ਗਿਆਨ ਸੱਚ ਹੈ ਰੱਬ ਦੇ ਗੁਣ ਸੱਚ ਨੇ ਸਦੀਵੀ ਨੇ ਸੱਚ ਦੇ ਅਰਥ ਸਦੀਵੀ ਹੁੰਦਾ ਹੈ ਰੱਬ ਦਾ ਨਿਜ਼ਮ ਸਦੀਵੀ ਹੈ ਇਹਦੀ ਸਮਝ ਤਾਂ ਪਵੇਗੀ ਇਹ ਤਾਂ ਚੰਗਾ ਲੱਗੇਗਾ ਜੇ ਹਿਰਦੇ ਵਿੱਚ ਸੱਚ ਹੋਏਗਾ ਹਿਰਦੇ ਵਿੱਚ ਗੂੜੀ ਪ੍ਰੀਤ ਸੱਚ ਹੈ ਇਹ ਸਦੀਵੀ ਹੈ ਗੂੜੀ ਪ੍ਰੀਤ ਟੁੱਟਦੀ ਨਹੀਂ ਅੰਦਰ ਲਗਨ ਸ਼ੁੱਧ ਨੀਅਤ ਇਹ ਸੱਚ ਹੈ ਸ਼ੁੱਧ ਨੀਅਤ ਕਦੀ ਖਤਮ ਨਹੀਂ ਹੁੰਦੀ ਜਜ਼ਬਾ ਕਦੀ ਖਤਮ ਨਹੀਂ ਹੁੰਦਾ ਹਿਰਦੇ ਚ ਇਹ ਸੱਚ ਆ ਗਿਆ ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸੁਮਨ ਰਸ ਆ ਗਿਆ ਰੱਬੀ ਉਪਦੇਸ਼ ਖੜੇ ਮੱਥੇ ਮੰਨਣ ਦੀ ਭਾਵਨਾ ਹਿਰਦੇ ਚ ਜਾਗ ਪਈ ਤਾਂ ਸੱਚ ਦੀ ਸਮਝ ਆ ਜਾਏਗੀ ਜਦੋਂ ਸੱਚ ਦੀ ਸਮਝ ਆਏਗੀ ਕੂੜ ਕੀ ਮਲ ਉਤਰੈ ਤਨ ਕਰੇ ਹਛਾ ਧੋਏ ਫਿਰ ਸੱਚਾ ਗਿਆਨ ਰੱਬੀ ਉਪਦੇਸ਼ ਗੁਰਬਾਣੀ ਦੀਆਂ ਸਿੱਖਿਆਵਾਂ ਇਦੋ ਖਿਹੜੇ ਮੱਥੇ ਮੰਨੇਗਾ ਸੁਨੇਗਾ ਮੰਨੇਗਾ ਆਤਾਂ ਦੀ ਮਹਿਲ ਉਤਰੇਗੀ। ਇਹੀ ਗਿਆਨ ਇੰਦਰੇ ਇਹੀ ਕਰਮ ਇੰਦਰੇ ਪਰਉਪਕਾਰੀ ਬਣ ਜਾਣਗੇ ਦੂਜਿਆਂ ਦੇ ਭਲੇ ਲਈ ਕਰਨਗੇ। ਸਰੀਰ ਵੀ ਅੱਛਾ ਹੋ ਗਿਆ ਮਨ ਵੀ ਅੱਛਾ ਹੋ ਗਿਆ। ਸੱਚ ਤਾਂ ਪਰ ਜਾਣੀ ਐ ਜਾਂ ਸੱਚ ਤਰੇ ਪਿਆਰ ਇਹ ਸੱਚ ਦੇ ਮਾਰਗ ਦੀ ਤਾਂ ਸਮਝ ਆਏਗੀ ਜੇ ਸੱਚ ਦੇ ਨਾਲ ਗੂੜੀ ਪ੍ਰੀਤ ਹੈ। ਪ੍ਰੀਤ ਤੇ ਤਨ ਦੌਲਤ ਪ੍ਰਾਪਰਟੀ ਇਹਦੀ ਪ੍ਰਾਪਤੀ ਪਿੱਛੇ ਲੱਗੀ ਹੋਈ ਹੈ। ਮਨੁੱਖ ਜਾਂਦਾ ਮੇਰੇ ਕੋਲ ਬਹੁਤ ਵੱਡਾ ਕੀਮਤੀ ਘਰ ਹੋਵੇ ਘਰ ਚ ਇਕਤਾ ਰਹੇ ਨਾ ਰਹੇ ਉਹਨੂੰ ਧਿਆਨ ਚੇਤਾ ਹੀ ਨਹੀਂ ਬੱਚੇ ਆਗਿਆਕਾਰੀ ਹੋਣ ਨਾ ਹੋਣ ਉਹਦਾ ਖਿਆਲ ਚੇਤਾ ਹੀ ਨਹੀਂ ਇਹ ਤਾਂ ਜੇ ਸੱਚ ਨਾਲ ਪਿਆਰ ਕਰੇਗਾ ਨਾ ਤਾਂ ਪਿਆਰੇ ਇਸ ਨੂੰ ਸਮਝੇਗਾ ਜਿਹਨੂੰ ਸੱਚ ਨਾਲ ਪਿਆਰ ਹੋ ਗਿਆ ਨਾ ਫਿਰ ਸੱਚ ਦੇ ਉਪਦੇਸ਼ ਰੱਬੀ ਉਪਦੇਸ਼ ਗੁਰਬਾਣੀ ਦੀਆਂ ਸਿੱਖਿਆਵਾਂ ਮ ਬੜੀਆਂ ਚੰਗੀਆਂ ਲੱਗਣਗੀਆਂ ਮਨ ਆਪਣੇ ਆਪ ਖੜੇ ਮੱਥੇ ਮੰਨੇਗਾ ਨਾ ਸੁਣ ਮਨ ਰਸੀ ਹੈ ਤਾਂ ਪਾਏ ਮੁਖ ਦਵਾਰ ਜਦੋਂ ਸੁਣੇਗਾ ਪਿਆਰ ਬਣੇਗਾ ਖਿਹੜੇ ਮੱਥੇ ਮੰਨੇਗਾ ਮਨ ਖੜ ਜਾਏਗਾ ਆਦਤਾਂ ਤੋਂ ਮੁਕਤੀ ਹੋ ਜਾਏਗੀ ਪਾਇ ਮੁਖ ਦਵਾਰ ਜਿਹੜੀਆਂ ਆਦਤਾਂ ਗੁਰਬਾਣੀ ਦੀਆਂ ਸਿੱਖਿਆਵਾਂ ਦੇ ਉਲਟ ਹੈ ਉਹ ਆਦਤਾਂ ਜ਼ਿੰਦਗੀ ਚੋਂ ਨਿਕਲ ਜਾਣਗੀਆਂ ਸੱਚ ਤਾਂ ਪਰ ਜਾਣੀ ਐ ਜਾਂ ਜੁਗਤ ਜਾਣ ਐ ਜੀਓ ਸੱਚ ਤਾਂ ਸਮਝਾਏਗੀ ਜੇ ਜ਼ਿੰਦਗੀ ਜਿਉਣ ਦੀ ਜੁਗਤ ਸਮਝ ਆ ਜਾਵੇ ਮਨ ਨੂੰ ਮੈਨੇਜ ਕਰਨ ਦੀ ਜੁਗਤ ਸਮਝ ਆ ਜਾਵੇ ਚੰਗੇ ਵਿਚਾਰਾਂ ਨੂੰ ਜ਼ਿੰਦਗੀ 'ਚ ਅਪਣਾਉਣ ਦੀ ਯੋਗਤਾ ਜਾਵੇ ਗੁਣਾਂ ਨੂੰ ਜ਼ਿੰਦਗੀ 'ਚ ਅਪਣਾਉਣ ਦੀ ਯੋਗਤਾ ਜਾਵੇ ਤਾਂ ਸੱਚ ਦੀ ਸਮਝ ਆਏਗੀ ਧਰਤਕ ਆਇਆ ਸਾਧਕ ਹੈ ਵਿੱਚ ਦੇਖਰਤਾ ਵੀ ਉਹ ਫਿਰ ਧਰਤੀ ਦੇ ਅਰਥੇ ਤੇ ਸਰੀਰ ਹੈ ਜੀਵਨ ਹੈ ਇਹ ਜੀਵਨ ਦੇ ਵਿੱਚ ਇਹਨੂੰ ਸਾਧ ਕੇ ਚੰਗੇ ਵਿਚਾਰ ਚੰਗੀ ਸੋਚ ਚੰਗਾ ਨਿਸ਼ਾਨਾ ਸ਼ੁੱਧ ਵਿਜਨ ਸ਼ੁੱਧ ਨੀਅਤ ਜੇ ਤੋ ਸਾਧੇਗਾ ਨਾ ਫਿਰ ਗਿਆਨ ਰੂਪੀ ਜੋ ਨਾਮ ਹੈ ਉਪਦੇਸ਼ ਦੇ ਬੀਜ ਬੀਜੇ ਜਾਣਗੇ ਉੱਗਣਗੇ ਖਿਹੜੇ ਮੱਥੇ ਇਹਨੂੰ ਮੰਨਣਾ ਜਿਉਣਾ ਚੰਗਾ ਲੱਗੇਗਾ ਗੁਣ ਉੱਗਣਗੇ ਇਹਦੇ ਚੋਂ ਸੱਚਤਾ ਪਰ ਜਾਣੀ ਐ ਜੇ ਸਿੱਖ ਸੱਚੀ ਲੇ ਤਾਂ ਇਹ ਸੱਚ ਦੀ ਸਮਝ ਆਏਗੀ ਜੇ ਗੁਰੂ ਪਾਤਸ਼ਾਹ ਦੀ ਸੱਚੀ ਸਿੱਖਿਆ ਸੱਚੀ ਹੁੰਦੀ ਐ ਸਦੀਵੀ ਸਦੀਵੀ ਸਿੱਖਿਆ ਚਾਹੇ ਜ਼ਮਾਨਾ ਕਿਉਂ ਜਾ ਵੀ ਸੀ ਅੱਜ ਕਿਉਂ ਜਾ ਵੀ ਜ਼ਮਾਨਾ ਐ ਗੁਰਬਾਣੀ ਦੀਆਂ ਸਿੱਖਿਆਵਾਂ ਸੋਚ ਸੁਭਾਅ ਤੇ ਲਾਗੂ ਹੁੰਦੀਆਂ ਨੇ ਅੱਜ ਵੀ ਉਨੀ ਹੀ ਕੀਮਤ ਹੈ ਸਦਾ ਰਹੇਗੀ ਜਿਉ ਸਦੀਵੀ ਸੱਚੀ ਸਿੱਖਿਆ ਗੁਰਬਾਣੀ ਦੀ ਉਹਨੂੰ ਲਏਗਾ ਗੁਰੂ ਪਾਤਸ਼ਾਹ ਕੋਲੋਂ ਜਾ ਕੇ ਖਿਹੜੇ ਮੱਥੇ ਮੰਨੇਗਾ ਤਾਂ ਪਿਆਰਿਆ ਸੱਚ ਦੀ ਸਮਝ ਆਏਗੀ ਇਸ ਲਈ ਦਇਆ ਜਾਣੇ ਜੀ ਹਕੀਕਤ ਚ ਪੁੰਨ ਦਾਨ ਕਰੇ ਉਹ ਜਿਹੜਾ ਅੰਦਰਲਾ ਜੀਵਨ ਹੈ ਨਾ ਉਹਦੀ ਜੁਗਤ ਸਮਝੋ ਤੇ ਤੇ ਤਰਸਾਰੇ ਨੂੰ ਸੰਵਾਰ ਤੇ ਹੋਰਨਾਂ ਨੂੰ দান ਕਰ ਹੋਰਨਾਂ ਨੂੰ ਵੰਡ ਸੱਚਤਾ ਪਰ ਜਾਣੀ ਐ ਜਾਂ ਆਤਮ ਤੀਰਥ ਕਰੇ ਨਿਵਾਸ ਸੱਚ ਦੀ ਸਮਝ ਤਾਂ ਹੈਗੀ ਜੀ ਆਤਮ ਤੀਰਥ ਆਤਮ ਤੀਰਥ ਜਪਜੀ ਸਾਹਿਬ ਦੀ 20ਵੀਂ ਪੌੜੀ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮੰਨ ਲਾਓ ਆਪਣੇ ਅੰਦਰ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਣਾ ਆਦਤਾਂ ਦੀ ਮੈਲ ਉਤਾਰਨੀ ਆਤਮ ਤੀਰਥ ਹੈ ਇਸੇ ਬਾਰੇ ਗੁਰੂ ਪਾਤਸ਼ਾਹ ਨੇ ਇੰਜ ਵੀ ਕਿਹਾ ਹੈ ਕਿ ਤੀਰਥ ਨਾਵਨ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗਿਆਨ ਦਾ ਤੀਰਥ ਸੁਣਨ ਕੇ ਸੁਣ ਕੇ ਮੰਨਣ ਦਾ ਜੋ ਤੀਰਥ ਹੈ ਜੀ ਕਰਨਾ ਆ ਗਿਆ ਨਾ ਫਿਰ ਤੇਰੀ ਜ਼ਿੰਦਗੀ ਕਿਵੇਂ ਹੋਏਗੀ ਸਤਿਗੁਰੂ ਨੂੰ ਪੁੱਛ ਕੇ ਬੈਰਾ ਕਰੇ ਨਿਵਾਸ ਫਿਰ ਤੂੰ ਹਰ ਫੈਸਲਾ ਸੱਚੇ ਗਿਆਨ ਅਨੁਸਾਰ ਲਏਗਾ ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਲਏਗਾ ਭਾਵ ਆਪਣੇ ਗੁਰੂ ਨੂੰ ਸਤਿਗੁਰੂ ਨੂੰ ਪੁੱਛ ਕੇ ਫੈਸਲਾ ਲਏਗਾ ਇਹ ਆਦਤ ਪੱਕ ਜਾਏਗੀ ਜੀਵਨ ਅਡੋਲ ਚੱਲੇਗਾ ਸੱਚ ਸਭ ਨਾ ਹੋਏ दारू ਪਾਪ ਕੱਢਾ ਧੋਏ ਇਹ ਸੱਚ ਜਿਹੜੀ ਹੈ ਨਾ ਸਾਰਿਆਂ ਦੇ ਲਈ ਦਵਾਈ ਹੈ ਪਿਆਰਿਆ ਇਹ ਅੰਦਰੋਂ ਪਾਪ ਪ੍ਰਵਿਰਤੀ ਨੂੰ ਕੱਢ ਦਿੰਦੀ ਹੈ ਇਹ ਗਿਆਨ ਰੂਪੀ ਨਾਮ ਇਹ ਔਖਦ ਹੈ ਇਹਨੇ ਆਦਤਾਂ ਰੂਪੀ ਜ਼ਹਿਰ ਨੂੰ ਕੱਢਣਾ ਨਾਨਕ ਬਖਾਣਾ ਬੇਨਤੀ ਜੇਨ ਸੱਚ ਪੱਲੇ ਹੋਏ ਨਾਨਕ ਜੀ ਬੇਨਤੀ ਕਰਦੇ ਨੇ ਇਹ ਤਾਂ ਪ੍ਰਾਪਤ ਹੁੰਦਾ ਜੇ ਹਿਰਦੇ ਚ ਪੱਲੇ ਸੱਚ ਹੈ ਭਾਵ ਜੇ ਅੰਦਰ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਮਝਣ ਦੀ ਪ੍ਰੀਤ ਹੈ ਪੱਲੇ ਵਿੱਚ ਫਿਰ ਸਿੱਖਿਆਵਾਂ ਚੰਗੀਆਂ ਲਗਣਗੀਆਂ ਜੇ ਖਿਹੜੇ ਮੱਥੇ ਮੰਨਣ ਦੀ ਚਾਹਤ ਹੈ ਇਹ ਸੱਚ ਪੱਲੇ ਹੈ ਨਾ ਫਿਰ ਗੁਰੂ ਦਾ ਹੁਕਮ ਮੰਨਣਾ ਉਹ ਖਾਨੀ ਲਗੇਗਾ ਜੇ ਤਾਂ ਚਾਹਤ ਹੀ ਨਹੀਂ ਅੰਦਰ ਸਿੱਖੀ ਸਰੂਪ ਨਾਲ ਪਿਆਰ ਹੀ ਨਹੀਂ ਗੁਰਬਾਣੀ ਨਾਲ ਪਿਆਰ ਹੀ ਨਹੀਂ ਅੰਦਰ ਸੱਚ ਪੱਲੇ ਨਹੀਂ ਤੇ ਗੱਲ ਨਹੀਂ ਬਣੇਗੀ ਪੌੜੀ দান ਮਹਿੰਡਾ ਤਲੀ ਖਾਕ ਦੇ ਮਿਲਾ ਤਾਂ ਮਸਤਕ ਲਾਈ ਹੈ ਸਤਿਗੁਰੂ ਜੀ ਕਹਿੰਦੇ ਮੇਰੇ ਅੰਦਰ ਇਹ ਇੱਛਾ ਹੈ ਕਿ ਕੋਈ ਮੈਨੂੰ ਦਾਨ ਦੇ ਦੇਵੇ ਚਰਨਾਂ ਦੀ ਧੂੜੀ ਚਰਨਾਂ ਦੀ ਧੂੜੀ ਕਿਹੜੀ ਕਿਸੇ ਦੇ ਐਕਚੁਅਲੀ ਚਰਨ ਰੱਬ ਦੇ ਉਪਦੇਸ਼ ਤੇ ਰੱਬ ਦੇ ਗੁਣ ਨੇ ਜਿਹੜਾ ਰੱਬੀ ਉਪਦੇਸ਼ਾਂ ਨੂੰ ਜਿਉਂਦਾ ਹੈ ਗੁਣਾ ਵਾਲਾ ਜੀਵਨ ਜਿਉਂਦਾ ਹੈ ਉਹਦੀਆਂ ਗੱਲਾਂ ਉਹਦੇ ਉਪਦੇਸ਼ਾਂ ਦਾ ਪ੍ਰਭਾਵ ਪੈ ਜਾਵੇ ਤੇ ਉਹਦੇ ਗੁਣਾ ਦਾ ਪ੍ਰਭਾਵ ਪੈ ਜਾਵੇ ਇਹ ਚਰਨ ਧੂੜੀ ਹੈ ਤੇ ਮੱਥੇ ਤੇ ਲਾਉਣ ਦਾ ਅਰਥ ਹੈ ਉਸ ਅਨੁਸਾਰ ਸੋਚ ਬਣ ਜਾਵੇ ਆ ਗੁਣਾ ਨੂੰ ਮੈਂ ਪ੍ਰਾਪਤ ਕਰਾਂ ਤੇ ਆ ਜਿਹੜੀ ਮੈਨੂੰ ਸਿੱਖਿਆ ਦਿੱਤੀ ਹੈ ਇਹਨੂੰ ਮੈਂ ਜਿਉ ਸਕਾਂ ਸਤਿਗੁਰੂ ਕਹਿੰਦੇ ਜੇ ਕਿਤੋਂ ਮਿਲੇ ਤਾਂ ਮੈਂ ਇਹ ਮਸਤਕ ਨਾਲ ਲਾਵਾ ਆਪਣੀ ਸੋਚ ਨਾਲ ਅਪਣਾਵਾ ਜੇ ਕਿਸੇ ਦੇ ਜੀਵਨ ਵਿੱਚ ਮੈਨੂੰ ਰੱਬੀ ਉਪਦੇਸ਼ ਮਿਲਣ ਜੇ ਕਿਸੇ ਦੇ ਜੀਵਨ ਵਿੱਚੋਂ ਮੈਨੂੰ ਰੱਬੀ ਗੁਣਾਂ ਦੀ ਝਲਕ ਮਿਲੇ ਤਾਂ ਮੈਂ ਉਸ ਨੂੰ ਆਪਣੀ ਸੋਚ ਵਿੱਚ ਜ਼ਰੂਰ ਲਿਆਵਾਂ। ਸਤਿਗੁਰੂ ਜੀ ਸਮਝਾ ਰਹੇ ਨੇ ਕਿ ਪਿਆਰਿਓ ਅੰਦਰ ਇੱਕ ਇੱਛਾ ਹੋਵੇ ਕਿ ਮੈਨੂੰ ਰੱਬ ਦੇ ਉਪਦੇਸ਼ਾਂ ਅਨਸਾਰ ਜਿਉਣ ਵਾਲੇ ਦੇ ਜੀਵਨ ਵਿੱਚੋਂ ਉਹਦੇ ਬੋਲਾਂ ਦਾ ਪ੍ਰਭਾਵ ਪੈ ਜਾਵੇ ਇਹ ਚੰਨ ਧੂੜੀ ਹੈ ਤੇ ਮੇਰੀ ਸੋਚ ਬਣ ਜਾਵੇ। ਮਸਤਕ 'ਨ ਲਾਉਣਾ ਸੋ ਚੰਨ ਧੂੜੀ ਨੂੰ। ਕਿਸੇ ਦੇ ਗੁਣ ਮੈਨੂੰ ਦਿਸਣ ਤੇ ਗੁਣਾ ਦਾ ਪ੍ਰਭਾਵ ਪੈ ਜਾਵੇ ਤੇ ਮੈਂ ਆਪਣੀ ਸੋਚ ਵਿੱਚ ਉਹ ਗੁਣਾ ਵਾਲਾ ਜੀਵਨ ਜਿਉਣਾ ਲਿਆਵਾਂ ਇਸ ਇਹ ਚਾਹੀਦਾ ਪਿਆਰਿਆ ਇਹਨੂੰ ਕਹਿੰਦੇ ਨੇ ਚੰਨ ਤੂੜੀ ਨੂੰ ਮਸਤਕ ਨਾ ਲਾਉਣਾ ਚਾਹੀਦਾ ਕੂੜਾ ਲਾਲਚ ਛੱਡੀ ਐ ਉਹ ਇੱਕ ਮਨ ਅਲਖ ਧਿਆਈ ਐ ਬਾਕੀ ਜਿਹੜੇ ਲਾਲਚ ਨੇ ਨਾ ਦੁਨੀਆ ਤਾਂ ਮੰਗਾ ਤੇ ਖੜੀ ਐ ਤਾਂ ਲੋਭ ਐ ਉਹ ਤਾਂ ਆਪਣੇ ਆਪ ਦੇ ਹੀ ਜਾਂਦਾ ਇਹਨੂੰ ਛੱਡ ਕੇ ਇੱਕ ਮਨ ਅਲਖ ਧਿਆਈ ਐ ਮਨ ਦੇ ਵਿੱਚ ਉਸ ਇੱਕ ਨੂੰ ਜੋ ਲਖਿਆ ਨਹੀਂ ਜਾ ਸਕਦਾ ਉਹਨੂੰ ਧਿਆਨ ਵਿੱਚ ਰੱਖਣਾ ਹੈ ਰੱਬ ਨੂੰ ਉਹਦੇ ਗੁਣਾਂ ਨੂੰ ਉਹਦੇ ਉਪਦੇਸ਼ਾਂ ਨੂੰ ਫਲ ਤੇ ਵੇ ਹੋ ਪਾਈਏ ਜੇ ਵੇਹੀ ਕਾਰ ਕਮਾਈਏ ਮਨ ਅੰਦਰ ਜਿਉ ਜੀ ਭਾਵਨਾ ਹੋਵੇਗੀ ਮਨ ਉਹ ਜੇ ਕਰਮ ਕਰੇਗਾ ਜੇ ਜੀ ਮਤ ਦੇ ਵਿੱਚ ਸੋਚ ਹੋਏਗੀ ਮਤ ਉਹ ਜੇ ਕਰਮ ਕਰੇਗੀ ਤੇ ਜੇ ਉਹ ਜੇ ਕਰਮ ਕਰੇਗੀ ਉਹ ਜੀ ਆਦਤਾਂ ਦੀ ਕਮਾਈ ਹੋਏਗੀ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤੇ ਨਾਂ ਦੀ ਪਾਈ ਹੈ ਪੂਰਵ ਲਿਖਿਆ ਜੇ ਪਹਿਲਾਂ ਤੇਰੇ ਅੰਦਰ ਸੋਚ ਬਣੀ ਹੈ ਪਹਿਲਾਂ ਤੇਰੇ ਅੰਦਰ ਸੰਸਕਾਰ ਬਣੇ ਨੇ ਤਾਂ ਹੀ ਤੂੰ ਇਹ ਧੂੜੀ ਲਾ ਸਕਦਾ ਹੈ ਜੇ ਅੰਦਰ ਸੋਚ ਬਣੀ ਹੈ ਮੈਂ ਦੂਸਰੇ ਦੇ ਗੁਣਾਂ ਨੂੰ ਆਪਣੇ ਵਿੱਚ ਲਿਆਵਾਂ ਤਾਂ ਦੀ ਹੀ ਤੇ ਗੁਣ ਰੂਪੀ ਚੰਨ ਧੂੜੀ ਤੇਰੇ ਮਸਤਕ ਤੇ ਆਏਗੀ ਪਾਪ ਸੋਚ ਵਿੱਚ ਆਏਗੀ ਜੇ ਪਹਿਲਾਂ ਇਹ ਸੋਚ ਬਣੀ ਹੈ ਅੰਦਰ ਇੱਕ ਪਿਆਸ ਬਣੀ ਹੈ ਮੈਂ ਸਿੱਖਾਂ ਕੁਛ ਰੱਬ ਦੇ ਪਿਆਰਿਆਂ ਤੋਂ ਸਿੱਖਾਂ ਤਾਂ ਦੀ ਤੇ ਸੋਚ ਵਿੱਚ ਆਏਗਾ ਮਸਤਕ ਦੇ ਵਿੱਚ ਚੰਨ ਧੂੜੀ ਲੱਗੇਗੀ ਪਹਿਲਾਂ ਲਿਖਿਆ ਲਿਖਿਆ ਤੋਂ ਭਾਵ ਸੁਭਾਉ ਬਣੇ ਆ ਸੰਸਕਾਰ ਬਣੇ ਸੋਚ ਬਣੀ ਨਹੀਂ ਤੇ ਮਤ ਥੋੜੀ ਸੇਵ ਗਵਾਈ ਹੈ ਮਤ ਥੋੜੀ ਹੈ ਸੇਵਾ ਕਰਦਾ ਗਵਾ ਲੈਂਦਾ ਕਿਉਂਕਿ ਸੇਵਾ ਦੇ ਬੱਟੇ ਕੁਝ ਮੰਗ ਲੈਂਦਾ ਸਾਨੂੰ ਤਾਂ ਧਰਮੀ ਦਾ ਸਿਖਾਇਆ ਗਿਆ ਬਾਣੀ ਪੜ੍ਹੀਏ ਉਹਦੇ ਪਿੱਛੇ ਆਪਣਾ ਸਵਾਰਥ ਸੇਵਾ ਕਰਦਾ ਉਹਦੇ ਪਿੱਛੇ ਆਪਣਾ ਸਵਾਰਥ ਸੇਵਾ ਥੋੜੀ ਮੰਗਣ ਬਹੁਤਾ ਮੈਂ ਨਾ ਪਾਈਓ ਕਹਿ ਤੋ ਪਤ ਕਿਵੇਂ ਪਹੁੰਚੇਗਾ ਬਕਸੇ ਸਤੇ ਨਹੀਂ ਪਹੁੰਚ ਸਕਦਾ ਇਹ ਤਾਂ ਸਵਾਰਥ ਲਈ ਕਰ ਰਿਆ ਸਭ ਕੁਝ ਸਵਾਰਥ ਲਈ ਸਿਖਾਇਆ ਗਿਆ ਇਹ ਤਾਂ ਆਪਾ ਵਾਰਨ ਦੀ ਭਾਵਨਾ ਸੀ ਦੂਜਿਆਂ ਲਈ ਕੁਝ ਕਰਨ ਦਾ ਮਾਰਗ ਸੀ ਇਹ ਤਾਂ ਪਰਪਕਾਰ ਦਾ ਮਿਸ਼ਨ ਸੀ ਇਹ ਤੇ ਆਪਣੇ ਜੀਵਨ ਨੂੰ ਗੁਰੂ ਪਿਤਾ ਦੇ ਅੱਗੇ ਸਮਰਪਿਤ ਕਰਨ ਦਾ ਮਾਰਗ ਸੀ ਸ਼ਲੋਕ ਮਹੱਲਾ ਪਹਿਲਾ ਅਗੇ 11ਵੀਂ ਪੌੜੀ ਦੇ ਨਾਲ ਫਿਰ ਦੋ ਸ਼ਲੋਕ ਵਾਹਿਗੁਰੂ ਤੇ ਨੇ ਸ਼ਲੋਕ ਨੇ ਤੇ ਇਹ ਪਹਿਲਾ ਸ਼ਲੋਕ ਗੁਰਨਾਨਕ ਪਾਤਸ਼ਾਹ ਜੀ ਦਾ ਸਤਿਗੁਰੂ ਜੀ ਕਹਿੰਦੇ ਜਦੋਂ ਇਸ ਦੁਨੀਆ ਦੇ ਵਰਤਾਰੇ ਨੂੰ ਦੇਖ ਰਹੇ ਆ ਚਾਹੇ ਉਹ ਧਰਮੀ ਲੋਕਾਂ ਦੇ ਨਿਭਾਉਣ ਦਾ ਵਰਤਾਰਾ ਹੈ ਚਾਹੇ ਗ੍ਰਸਤੀ ਲੋਕਾਂ ਦੇ ਗ੍ਰਸਥ ਮਾਰਗ ਦੇ ਵਿੱਚ ਪਰਿਵਾਰਕ ਜੀਵਨ ਵਿੱਚ ਵਰਤਾਰੇ ਦੇਖੀਏ ਤੇ ਇਦਾਂ ਲੱਗ ਰਿਹਾ ਸੱਚ ਕਾਲ ਕੂੜ ਵਰਤੇ ਆ ਕਲ ਕਾਲ ਖਵੇਤਾਲ ਸੱਚ ਤੇ ਲੱਗਦਾ ਖੰਭ ਲਾ ਕੇ ਉੱਡ ਗਿਆ ਕੂੜ ਵਰਤ ਗਿਆ ਨਿਮਰਤਾ ਘਰਾਂ ਵਿੱਚੋਂ ਉੱਡ ਗਈ ਹੰਕਾਰ ਦੇ ਵਰਤਾਰੇ ਆ ਗਏ ਸ਼ੈਨਸ਼ੀਲਤਾ ਉੱਡ ਗਈ ਗਰੋਧ ਦੀਆਂ ਲਾਟਾਂ ਨੇ ਪਿਆਰ ਉੱਡ ਗਿਆ ਨਫ਼ਰਤ ਹੀ ਨਫ਼ਰਤ ਹੈ ਸਬਰ ਸੰਤੋਖ ਉੱਡ ਗਿਆ ਲੋਭ ਲਾਲਚ ਦੇ ਵਰਤਾਰੇ ਨੇ ਇਹ ਵਿਕਾਰਾਂ ਕਰਕੇ ਸੁਭਾਅ ਕਾਲੇ ਹੋ ਗਏ ਨੇ ਸੋਚ ਕਾਲੀ ਹੋ ਗਈ ਹੈ ਕਾਲਖ ਫੈਲ ਗਈ ਹੈ ਤੇ ਮਨੁੱਖ ਬੇਤਾਲ ਬੇਤਾਲ ਦੇ ਅਰਥ ਹੈ ਭੂਤ ਨੇ ਬਣ ਗਏ ਨੇ ਵੀ ਉਹ ਬੀਜ ਪੱਤ ਲੈ ਗਏ ਆਬ ਕਿਉਂ ਉਗ ਬੈਦਾਲ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਬੀਜਿਆ ਸੀ ਉਹ ਰੱਬ ਦੀਆਂ ਨਜ਼ਰਾਂ ਵਿੱਚ ਸਤਕਾਰ ਖੱਟ ਗਈ ਪੱਤ ਲੈ ਗਏ ਆਬ ਕਿਉਂ ਉਗ ਬੈਦਾਲ ਹੁਣ ਮਨੁੱਖ ਦੁਭਦਾ ਵਿੱਚ ਹੈ অহੰਕਾਰ ਦਾ ਰਸ ਵੀ ਮੰਨਣਾ ਚਾਹੁੰਦਾ ਰੱਬ ਦੇ ਪਾਸੇ ਵੀ ਤੁਰਨਾ ਚਾਹੁੰਦਾ ਉਹ ਨਫ਼ਰਤ ਧੜੇ ਬੰਦੀਆਂ ਵੀ ਪਾਲਣਾ ਚਾਹੁੰਦਾ ਤੇ ਗੁਰੂ ਦੀ ਕੌਮ ਦੇ ਲਈ ਵੀ ਤੁਰਨਾ ਚਾਹੁੰਦਾ ਦੋ ਹੋ ਗਿਆ ਜਿਹੜਾ ਬੀਜ ਦਲਿਆ ਗਿਆ ਨਹੀਂ ਉਗੇਗਾ ਆਬ ਕਿਉਂ ਉਗ ਬੈਦਾਲ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂ ਰੁੱਤ ਹੋਏ ਉਹ ਇੱਕ ਹੋਵੇ ਗੁਣਾ ਵਾਲਾ ਜੀਵਨ ਜਿਉਣਾ ਹੈ ਰੱਬੀ ਉਪਦੇਸ਼ ਵਾਲਾ ਜੀਵਨ ਜਿਉਣਾ ਹੈ ਗੁਰੂ ਦੇ ਮਿਸ਼ਨ ਤੇ ਤੁਰਨਾ ਆਪਾ ਵਾਰਨਾ ਹੈ ਸਵਾਰਥ ਨਿੰਦਾ ਚੁਗਲੀ ਚੁਸ ਚਿਲਾਕੀਆਂ ਇਹ ਛੱਡਣਾ ਪਵੇਗਾ ਜੇ ਇੱਕ ਹੋਏ ਤਾਂ ਫਿਰ ਅੰਦਰ ਇੱਕ ਮਾਹੌਲ ਬਣਦਾ ਉਹ ਰੁੱਤ ਹੈ ਉਸ ਰੁੱਤ ਦੇ ਵਿੱਚ ਹੀ ਉਗਣਾ ਹੈ ਬਖਸ਼ਿਸ਼ ਦਾ ਬੀਜ ਨਾਨਕ ਪਾਹਰ ਪਾ ਹੈ ਬਾਹਰਾ ਕੋਰੇ ਰੰਗ ਨਾ ਸੋਏ ਦੋ ਜੀ ਉਦਾਹਰਨ ਜਦੋਂ ਕੱਪੜੇ ਨੂੰ ਰੰਗਿਆ ਜਾਂਦਾ ਸੀ ਤਾਂ ਉਹਦੇ ਵਿੱਚ ਕੁਝ ਨਿੰਬੂ ਦਾ ਸਾਤ ਜਾਂ ਹੋਰ ਇਸ ਤਰ੍ਹਾਂ ਦੀਆਂ ਪਾ ਕੇ ਮਜੀਠੇ ਦੀ ਜੜ ਪਾ ਕੇ ਉਹ ਜਿਹੜਾ ਉਹਨੂੰ ਉਬਾਲਿਆ ਜਾਂਦਾ ਸੀ ਉਹਨੂੰ ਕਹਿੰਦੇ ਸੀ ਪਾਹ ਲੱਗਣੀ ਉਹ ਜਿਹੜਾ ਰੰਗ ਸੀ ਉਹ ਕੱਪੜੇ ਨੂੰ ਚੜਦਾ ਸੀ ਉਤਰਦਾ ਨਹੀਂ ਸੀ ਤੇ ਸਤਿਗੁਰੂ ਕਹਿੰਦੇ ਜੇ ਪਾਹ ਨਹੀਂ ਲੱਗੀ ਗੁਰੂ ਦੇ ਉਪਦੇਸ਼ ਮੰਨ ਕੇ ਆਪਾ ਵਾਰਨ ਦੀ ਤੇਰੇ ਅੰਦਰ ਭਾਵਨਾ ਨਹੀਂ ਜੇ ਤੇਰੇ ਅੰਦਰ ਨਿੰਦਾ ਚੁਗਲੀ ਦਾ ਰਸ ਛੱਡਣ ਦੀ ਭਾਵਨਾ ਨਹੀਂ ਆਪਣੇ ਸਵਾਰਥ ਪੂਰੇ ਕਰਕੇ ਚਾਪਲੂਸੀਆਂ ਚੁੱਸ ਚਲਾਕੀਆਂ ਵਾਲੀ ਭਾਵਨਾ ਛੱਡਣ ਦਾ ਪਾ ਨਹੀਂ ਫਿਰ ਤੇਰੇ ਇਸ ਬਾਉ ਤੇ ਸੋਚ ਰੂਪੀ ਕੱਪੜੇ ਨੂੰ ਗੁਰੂ ਦੇ ਪਿਆਰ ਦਾ ਰੱਬ ਦੀ ਬਖਸ਼ਿਸ਼ ਦਾ ਰੰਗ ਨਹੀਂ ਚੜੇਗਾ ਜੇ ਜਣਾ ਹੋਣਾ ਹੈ ਭੈ ਵਿੱਚ ਖੰਭ ਚੜਾਈ ਹੈ ਸ਼ਰਮ ਪਾਹ ਤਨ ਹੋਏ ਫਿਰ ਅੱਬੀ ਭੈ ਵਿੱਚ ਇਹ ਪਾਹ ਹੈ ਖੰਭ ਵਿਚਾਰ ਨਹੀਂ ਪੱਕਾ ਰੰਗ ਚਾੜਦਾ ਉਦਮਕਰ ਆਪਾਵਾਰ ਇਥੇ ਸ਼ਰਮ ਦੇ ਅਰਥ ਉਦਮਤ ਇਥੇ ਉਦਮ ਦੇ ਅਰਥ ਆਪਾਵਾਰ ਨਾ ਗੁਰੂ ਪਿਤਾ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਆਪਣੇ ਪਰਿਵਾਰ ਨੂੰ ਕਿੰਨੇ ਡੈਡੀਕੇਟਡ ਹਾਂ ਕਾਰੋਬਾਰ ਕਾਰੋਬਾਰ ਨੂੰ ਕਿੰਨੇ ਡੈਡੀਕੇਟਡ ਹਾਂ ਆਪਣੇ ਗੁਰੂ ਨੂੰ ਕਿੰਨੇ ਡੈਡੀਕੇਟਡ ਹਾਂ ਗੁਰੂ ਦੀ ਕਾਮ ਲਈ ਕੀ ਕੁਝ ਕਰਦੇ ਹਾਂ ਉਹਦੇ ਤੋਂ ਪਤਾ ਲੱਗੇਗਾ ਪਿਆਰਿਆ ਆਪਾਵਾਰ ਨਾਨਕ ਭਗਤੀ ਜੇ ਰਪੈ ਕੂੜਾ ਸੋਏ ਨਾ ਕੋਏ ਏ ਨਾਨਕ ਜੀ ਜਿਹੜੇ ਇਸ ਤਰ੍ਹਾਂ ਦੇ ਜੀਵਨ ਜਿਉਣ ਦੀ ਭਗਤੀ ਦੇ ਪਿਆਰ ਵਿੱਚ ਭਿੱਜਦੇ ਨੇ ਉਹਨਾਂ ਨੂੰ ਕੂਡ ਵਾਲਾ ਪਾਸਾ ਚੰਗਾ ਨਹੀਂ ਲੱਗਦਾ ਸੋਏ ਨਾ ਕੋਈ ਖਬਰ ਹੀ ਨਹੀਂ ਪਹੁੰਚਦੀ ਪਾਬੋ ਸੁਣਨਾ ਹੀ ਨਹੀਂ ਚੰਗਾ ਲੱਗਦਾ ਜਿੱਥੇ ਨਿੰਦਾ ਚੁਗਲੀ ਹੁੰਦੀ ਉੱਥੇ ਬੈਠਣਾ ਹੀ ਨਹੀਂ ਚੰਗਾ ਲੱਗਦਾ ਚੋਸ ਚਲਾਕੀਆਂ ਦੀਆਂ ਗੱਲਾਂ ਸੁਣਨੀਆਂ ਚੰਗੀਆਂ ਨਹੀਂ ਲੱਗਦੀਆਂ ਮਹੱਲਾ ਪਹਿਲਾ ਅਗਲਾ ਸ਼ਲੋਕ ਫਿਰ ਗੁਰਨਾਨਕ ਪਾਤਸ਼ਾਹੀ ਦਾ ਸਤਿਗੁਰੂ ਕਹਿੰਦੇ ਅੰਦਰ ਪਤਾ ਕੀ ਵਾਪਰ ਗਿਆ ਮਨੁੱਖਾਂ ਦੇ ਲਭ ਪਾਪ ਦੋਏ ਰਾਜਾ ਮਹਤਾ ਕੂੜ ਹੋਆ ਸਿਕਦਾਰ ਮਨੁੱਖ ਦੇ ਅੰਦਰ ਲਭ ਹੁੰਦਾ ਚਸਕੇ ਸਵਾਦ ਰਸ ਤੇ ਪਾਪ ਪਰਵਿਰਤੀ ਇਹ ਰਾਜਾ ਤੇ ਵਜ਼ੀਰ ਬਣ ਗਏ ਨੇ ਚਸਕੇ ਰਾਜਾ ਤੇ ਪਾਪ ਪਰਵਿਰਤੀਆਂ ਜਿਹੜੀਆਂ ਨੇ ਉਹ ਇਹਦੇ ਸਲਾਹਕਾਰ ਆ ਕੂੜ ਹੋਆ ਸਿਕਦਾਰ ਝੂਠ ਜਿਹੜਾ ਹੈ ਸਿਕਦਾਰ ਚੌਧਰੀ ਬਣ ਗਿਆ ਇਹਦਾ ਜੋਰ ਚੱਲ ਰਿਹਾ ਜੀਵਨ ਵਿੱਚ ਕਾਮ ਨੇਵ ਸਦ ਪੁੱਛੀ ਐ ਵਹਿ ਵਹਿ ਕਰੇ ਵਿਚਾਰ ਇਥੇ ਕਾਮ ਕਾਮਨਾਵਾਂ ਇੱਛਾਵਾਂ ਇਹਦਾ ਨਾਇਬ ਸਲਾਹਕਾਰ ਬਣਿਆ ਹੋਇਆ ਆਪਣੀਆਂ ਇੱਛਾਵਾਂ ਨੂੰ ਪੁੱਛ ਪੁੱਛ ਕੇ ਵਿਚਾਰ ਕਰਦਾ ਤੇ ਇੱਛਾਵਾਂ ਪੂਰਤੀ ਕਰਨ ਦਾ ਹੀ ਮੇਨ ਮਕਸਦ ਬਣਿਆ ਹੋਇਆ ਸਵਾਰਥੀ ਹੋ ਗਿਆ ਗੁਰੂ ਨਾਲ ਰਿਸ਼ਤਾ ਆਪਣੇ ਸਵਾਰਥ ਵਾਸਤੇ ਬਾਣੀ ਪੜਾਂ ਆਪ ਮਿਹਲੇ ਸੇਵਾ ਕਰਾਂ ਆਪ ਮਿਹਲੇ ਇੱਕ ਕਾਮ ਕਾਮਨਾਵਾਂ ਹੀ ਇਹਦੀ ਜ਼ਿੰਦਗੀ ਦਾ ਸਲਾਹਕਾਰ ਬਣ ਗਿਆ ਅੰਧੀ ਰਈਤ ਗਿਆਨ ਵਿਹੂਣੀ ਭਾਏ ਭਰੇ ਮਰਦਾਰ ਗਿਆਨ ਤੋਂ ਸਖਣੀ ਦੁਨੀਆ ਅੰਧੀ ਹੋ ਗਈ ਬੇਕਾਰਾਂ ਦੀ ਅੱਗ ਦੀ ਭਰੇ ਮਰਦਾਰ ਚੱਟੀ ਪਰ ਰਹੇ ਨੇ ਆਪਣੇ ਸਵਾਰਥ ਲਈ ਸਭ ਕੁਝ ਕਰ ਰਹੇ ਨੇ ਇਥੋਂ ਤੱਕ ਕਿ ਧਰਮ ਦੀ ਦੁਨੀਆ ਵਿੱਚ ਵੀ ਸਵਾਰਥੀ ਛਾ ਗਿਆ ਗਿਆਨੀ ਨਚੈ ਬਾਜੇ ਵਾਵੈ ਰੂਪ ਕਰੈ ਸ਼ਿੰਗਾਰ ਗਿਆਨੀ ਤੈਨ ਗੀ ਬੀ ਉਪਦੇਸਾਂ ਨੂੰ ਵੰਡਣ ਵਾਲਾ ਨੱਚ ਨੱਚ ਕੇ ਬਾਜੇ ਵਜਾ ਵਜਾ ਕੇ ਸ਼ਿੰਗਾਰ ਕਰ ਕਰ ਕੇ ਉੱਚੇ ਕੁੱਕੇ ਬਾਦ ਦਾ ਗਾਵਹਿ ਜੋ ਦਾ ਕਾ ਵਿਚਾਰ ਉੱਚੀ ਉੱਚੀ ਕੁੱਕਦੇ ਨੇ ਗਾਉਂਦੇ ਨੇ ਜੋਦਿਆਂ ਦੀਆਂ ਵਿਚਾਰਾਂ ਕਰਦੇ ਨੇ ਪਰ ਅੰਦਰ ਸਵਾਰਥ ਛੁਪਿਆ ਹੋਇਆ ਹੈ ਅੰਦਰ ਲਾਲਚ ਹੈ ਮੂਰਖ ਪੰਡਤ ਹਕਮਤ ਹੁਜਤ ਸੰਜੈ ਕਰ ਰਹਿ ਪਿਆਰ ਫਿਰ ਪੰਡਿਤ ਵਿਦਵਾਨ ਲੋਕਾਂ ਨੂੰ ਉਪਦੇਸ਼ ਦੱਸਦੇ ਆ ਹਕਮਤ ਚਸਤ ਚਲਾਕੀਆਂ ਕਰ ਦਿੰਦੇ ਆ ਹੁਜਤ ਤਰੀਕੇ ਦੇ ਨਾਲ ਸੰਝਾਂ ਕਰੇ ਪਿਆਰ ਪੈਸਾ ਕਮਾਉਣਾ ਪੈਸਾ ਹੀ ਸਭ ਕੁਝ ਸਮਝ ਲਿਆ ਧਰਮੀ ਧਰਮ ਕਰਾਂ ਗਵਾਵਾਂ ਮੰਗੇ ਮੋਖ ਦਵਾਰ ਧਰਮ ਦੇ ਕਰਮ ਕਰਦੇ ਨੇ ਆਪਣੇ ਸਵਾਰਥ ਲੋਭ ਲਾਲਚ ਲਈ ਉਹਦਾ ਫਲ ਗਵਾ ਲੈਂਦੇ ਨੇ ਤੇ ਮੰਗਦੇ ਨੇ ਆਤਾਂ ਤੋਂ ਮੁਕਤੀ ਹੋ ਜਾਵੇ ਨਹੀਂ ਹੋਏਗੀ ਸਵਾਰਥੀ ਦਾ ਸਵਾਰਥੀ ਹੀ ਰਹਿ ਜਾਏਗਾ ਨਿੰਦਕ ਦਾ ਨਿੰਦਕ ਹੀ ਰਹਿ ਜਾਏਗਾ ਨਫ਼ਰਤ ਵਾਲਾ ਹੀ ਰਹਿ ਜਾਏਗਾ ਇਹਨਾਂ ਤੋਂ ਮੁਕਤੀ ਨਹੀਂ ਹੋਏਗੀ ਜਤੀ ਸਦਾ ਵਹ ਯੋਗਤ ਨਾ ਜਾਣ ਹੈ ਛੱਡ ਬਹੇਂ ਕਰਵਾਰ ਆਪਣੇ ਆਪ ਨੂੰ ਜਤੀ ਕਹਣ ਵਾਲੇ ਜੀਵਨ ਜਿਉਣ ਦੀ ਯੋਗਤੀ ਭੁੱਲ ਗਏ ਕਰਵਾਰ ਛੱਡ ਕੇ ਆਪਣੇ ਆਪ ਨੂੰ ਧਰਮੀਖ ਬੋਣ ਲੱਗ ਪਏ ਸਤਿਗੁਰੂ ਕਹਿੰਦੇ ਵਰਤਾਰਾ ਇੰਨਾ ਵਰਤ ਰਿਹਾ ਸੰਸਾਰ ਵਿੱਚ ਸਭ ਕੋ ਪੂਰਾ ਆਪੇ ਹੋਵੇ ਘਾਟ ਨਾ ਕੋਈ ਆਖੈ ਹਰ ਕੋਈ ਆਪਣੇ ਆਪ ਨੂੰ ਸੰਪੂਰਨ ਮੰਨੀ ਬੈਠਾ ਪਰਫੈਕਟ ਮੰਨੀ ਬੈਠਾ ਸੁਣਨ ਨੂੰ ਤਿਆਰ ਹੀ ਨਹੀਂ ਆਪਣੇ ਸੁਭਾਅ ਉਹ ਆਪਣੀ ਸੋਚ ਦੇ ਉਲਟ ਮੰਨਣ ਨੂੰ ਤਿਆਰ ਨਹੀਂ ਆਪਣੇ ਆਪ ਨੂੰ ਕੋਈ ਘਾਟ ਖਵਾਉਣਾ ਹੀ ਨਹੀਂ ਚਾਹੁੰਦਾ ਪਤ ਪਰਵਾਣਾ ਪਿੱਛੇ ਪਾਈ ਹੈ ਤਾਂ ਨਾਨਕ ਤੋਲਿਆ ਜਾਪੈ ਜਦ ਰੱਬੀ ਉਪਦੇਸ਼ਾਂ ਦੇ ਨਾਲ ਤੋਲਿਆ ਜਾਂਦਾ ਹੈ ਨਾ ਗੁਰੂ ਸਾਹਿਬ ਕੀ ਕਹਿ ਰਹੇ ਨੇ ਤੇ ਜੀਵਨ ਕਿਦਾਂ ਜਿਉਏ ਜਾ ਰਹੇ ਗੁਰੂ ਸਾਹਿਬ ਕਹਿ ਰਹੇ ਨੇ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ ਤੇ ਮਨੁੱਖ ਦਾ ਸੁਭਾਅ ਨਿੰਦਕ ਬਣ ਗਿਆ ਜਦੋਂ ਤੋਲਿਆ ਨਾ ਰੱਬ ਦੀ ਦਰਗਾਹ ਰੱਬ ਦੇ ਗਿਆਨ ਰੱਬੀ ਉਪਦੇਸ਼ਾਂ ਅਨੁਸਾਰ ਤੋਲਿਆ ਤੇ ਪਤ ਪਰਵਾਣਾ ਪਿੱਛੇ ਪਾਈਆਂ ਫਿਰ ਇਹਨੂੰ ਪਤ ਨਹੀਂ ਮਿਲਦੀ ਪਛੜ ਗਿਆ ਹੈ ਪਿੱਛੇ ਰਹਿ ਗਈ ਇਹ ਬਾਤ ਮਹਿਲਾ ਪਹਿਲਾ ਅਗਲਾ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਦੀ ਸੋ ਵਜ ਜਗ ਨਾਨਕਾ ਸੱਚਾ ਵੇਖੈ ਸੋਏ ਮਨੁੱਖ ਦੇ ਅੰਦਰ ਜਿਹੜੀ ਵਦੀ ਹੈ ਮਾੜੀ ਪ੍ਰਵਿਰਤੀ ਹੈ ਉਹਦੇ ਬਾਜੇ-ਬਾਜੇ ਰਹਿੰਦੇ ਉਹਦੀ ਚੱਲ ਰਹੀ ਹੈ ਏ ਨਾਨਕ ਜੀ ਸੱਚਾ ਦੇਖ ਰਿਹਾ ਹੈ ਰੱਬ ਦੇ ਨਿਜ਼ਮ ਵਿੱਚ ਪਰਖਿਆ ਜਾ ਰਿਹਾ ਹੈ ਰੱਬ ਦੀਆਂ ਨਜ਼ਰਾਂ ਚ ਪਰਖਿਆ ਜਾ ਰਿਹਾ ਹੈ ਸਭ ਨਹੀਂ ਸ਼ਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਸਭ ਨੇ ਬੜੇ ਯਤਨ ਕੀਤੇ ਜੋ ਮਰਜੀ ਯਤਨ ਕਰ ਲੈ ਪਿਆਰਿਆ ਹੁਣ ਉਹ ਹੈ ਜੋ ਕਰਤਾ ਪੁਰਖ ਨੂੰ ਚੰਗਾ ਲੱਗਦਾ ਹੈ ਕਰਤਾ ਪੁਰਖ ਨੇ ਨਿਜ਼ਮ ਬਣਾ ਦਿੱਤਾ ਉਹਨੇ ਦੇਖਣਾ ਜੋ ਨਿਜ਼ਮ ਦੇ ਦਾਇਰੇ ਵਿੱਚ ਹੈ ਉਹੀ ਹੋਣਾ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ ਅੱਗੇ ਦੇ ਅਰਥ ਰੱਬ ਦੇ ਅੱਗੇ ਤੇਰੀ ਕੋਈ ਪਹਿਚਾਨ ਤੇਰੀ ਕੋਈ ਤਾਕਤ ਨਹੀਂ ਚਲਣੀ ਪਿਆਰਿਆ ਉੱਥੇ ਤਾਂ ਜਿਹੜਾ ਜੀਵਨ ਤੂੰ ਪ੍ਰਾਪਤ ਕਰਨਾ ਚਾਹੁੰਦਾ ਤਾਂ ਨਮਾ ਹੈ ਜਿਉ ਨਵੇਂ ਜਿਹੜੀ ਜ਼ੁਗਤ ਤੈਨੂੰ ਚਾਹੀਦੀ ਉਹ ਤਾਂ ਨਮੀ ਹੈ ਪਿਆਰਿਆ ਆ ਨਹੀਂ ਹੈ ਜਿਹੜੀ ਤੂੰ ਜਿਉ ਰਿਹਾ ਜਿਨ ਕੀ ਲੇਖੇ ਪਤ ਪਵੈ ਚੰਗੇ ਸਹੀ ਕੇ ਜਿਨ੍ਹਾਂ ਦੇ ਰੱਬ ਦੀਆਂ ਨਜ਼ਰਾਂ ਵਿੱਚ ਸਨਮਾਨ ਮਿਲਦਾ ਭਾਪ ਜਿਨ੍ਹਾਂ ਨੂੰ ਬਖਸ਼ਿਸ਼ ਮਿਲਦੀ ਹੈ ਨਾ ਉਹ ਚੰਗੇ ਨੇ ਪਿਆਰਿਆ ਉਹ ਬਦਲੇ ਨੇ ਸਹੀ ਕੇ ਬਉ ਤੇ ਨਹੀਂ ਹੈ ਪੌੜੀ 11ਵੀਂ ਪੌੜੀ ਹੈ ਤੋਰ ਕਰਮ ਜਿੰਨਾ ਕੋ ਤੁਦ ਪਾਇਆ ਤਾਂ ਤਿੰਨੀ ਖਸਮ ਧਿਆਆ ਆ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਦੀ ਪ੍ਰੀਤ ਬਣੀ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਮਝਣ ਦਾ ਜਜ਼ਬਾ ਬਣਿਆ ਗੁਰਪਾਧਿਆਨੂੰ ਜੰਗਾ ਲੱਗਣ ਵਾਲਾ ਜੀਵਨ ਜਿਉਣ ਦੀ ਜੀਤੇ ਅੰਦਰ ਇੱਛਾ ਬਣੀ ਉਹਨਾਂ ਪਤੀ ਪ੍ਰਮਾਤਮਾ ਨੂੰ ਪਾ ਲਿਆ ਉਹ ਜਿਨ੍ਹਾਂ ਜਿਓ ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਜਿਉਂਦੇ ਹੋਇਆ ਪਤਾ ਲੱਗਿਆ ਰੱਬ ਹਰ ਥਾਂ ਤੇ ਸਾਡੇ ਲਈ ਵਰਤਾਰੇ ਵਰਤਾਰੇ ਦੇ ਫਿਰ ਜਿੰਨੇ ਵਰਤਾਰੇ ਨੇ ਨਾ ਹੈਪਨਿੰਗਸ ਨੇ ਫਿਰ ਵਰਤਾਰੇ ਨਹੀਂ ਲੱਗਦੇ ਇਹ ਰੱਬ ਦੇ ਕੌਤਕ ਦਿਖਾਈ ਦਿੰਦੇ ਨੇ ਤੇ ਰੱਬ ਦਾ ਹਰ ਕੌਤਕ ਸਾਡੇ ਭਲੇ ਲਈ ਹੈ ਇਹ ਨਾ ਜਾਣ ਤਾਂ ਕੈ ਬਸ ਕਿਛ ਨਹੀਂ ਤੁਦ ਬੇਕੀ ਯਕਤ ਉਪਾਇ ਇਹਨਾਂ ਮਨੁੱਖਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਜਿਸ ਵਾਹਿਗੁਰੂ ਜੀ ਨੇ ਇਹ ਜਗਤ ਪੈਦਾ ਕੀਤਾ ਹੈ ਉਨੇ ਅਣਗਿਣਤ ਵਾਰੀ ਇਹ ਰਚਨਾ ਰਚੀ ਹੈ ਤੇ ਰਚੀ ਜਾ ਰਹੀ ਹੈ। ਉਹਨੇ ਕਈ ਤਰ੍ਹਾਂ ਦੇ ਜੀਵ ਬਣਾਏ ਨੇ, ਅਣਗਿਣਤ ਕਿਸਮ ਦੇ ਸੁਭਾਅ ਬਣਾਏ ਨੇ, ਤੁਦ ਵੇਖੀ ਜਗਤ ਪਾਇਆ। ਅਣਗਿਣਤ ਕਿਸਮ ਦੀਆਂ ਸੋਚਾਂ ਬਣਾਈਆਂ ਉਹਨੇ। ਇੱਕ ਨਾਨ ਨੂੰ ਤੂੰ ਮੇਲ ਲੈ, ਇੱਕ ਆਪਾ ਤੋ ਦਿਖਵਾਇਆ। ਉਹਨੇ ਦੇਖਣੀ ਹੈ ਮਨੁੱਖ ਦੀ ਨੀਅਤ, ਮਨੁੱਖ ਦੀ ਸੋਚ। ਰੱਬ ਦੇ ਨਿਜ਼ਮ ਵਿੱਚ ਮਨੁੱਖ ਦੀ ਨੀਅਤ, ਮਨੁੱਖ ਦੀ ਸੋਚ ਪਰਖੀ ਜਾਣੀ ਹੈ। ਉਦੇ ਅੰਦਰ ਸੁਭਾਅ ਕਿਉਂ ਜੈ ਸੋਚ ਕਿਉਂ ਜੀ ਹੈ ਜਜ਼ਬੇ ਕਿਉਂ ਜੀ ਨੇ ਭਾਵਨਾ ਕਿਉਂ ਜੀ ਹੈ ਲਗਨ ਕਿਉਂ ਜੀ ਹੈ ਨiyet ਕਿਉਂ ਜੀ ਹੈ ਇਹ ਪਰਖੀ ਜਾਣੀ ਹੈ ਇਹਦੇ ਅਨਸਾਰ ਇਕਨਾਂ ਨੂੰ ਤਾਂ ਬਖਸ਼ਿਸ਼ ਵਾਲੇ ਪਾਸੇ ਤੋਰ ਦੇਣਾ ਸੋਜੀ ਵਾਲੇ ਪਾਸੇ ਤੋਰ ਦੇਣਾ ਇਕ ਆਪੋ ਤੁਰਖਾਏ ਇੱਕ पटਕੇ ਪਏ ਨੇ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਰ ਅਬੁਝਾਇਆ ਗੁਰਬਾਣੀ ਅੰਦਰ ਜੋ ਜ਼ਿੰਦਗੀ ਜਿਉਣ ਦਾ ਗੁਰ ਦਿੱਤਾ ਗਿਆ ਉਹ ਗੁਰ ਸਰੂਪ ਹੈ ਗੁਰੂ ਪਿਤਾ ਦਾ ਰੱਬ ਦਾ ਗੁਰ ਸਰੂਪ ਹੈ ਹਰ ਬਰਤਾਰੇ ਵਿੱਚ ਜੋ ਸਿੱਖਿਆ ਮਿਲਦੀ ਹੈ ਜ਼ਿੰਦਗੀ ਜਿਉਣ ਦਾ ਗੁਰ ਹੈ ਰੱਬ ਦਾ ਗੁਰ ਸਰੂਪ ਹੈ ਉਸ ਨੂੰ ਸਮਝਾਂਗੇ ਖਿੜੇ ਮਥੇ ਮੰਨਾਂਗੇ ਤਾਂ ਗੁਰ ਸਰੂਪ ਦੀ ਕਿਰਪਾ ਹੋਏਗੀ ਤੇ ਫਿਰ ਇਹ ਜ਼ਿੰਦਗੀ ਦੀ ਸਮਝ ਆਏਗੀ ਫਿਰ ਰੱਬ ਦੀ ਰੱਬ ਦੇ ਨਾਲ ਸਾਂਝ ਪਵੇਗੀ ਰੱਬ ਦੇ ਨਿਜ਼ਮ ਨਾਲ ਸਾਂਝ ਪਵੇਗੀ ਰੱਬ ਦੇ ਨਿਜ਼ਮ ਨੂੰ ਫੋਲੋ ਕਰਨਾ ਚੰਗਾ ਲੱਗੇਗਾ ਕੁਦਰਤ ਦੇ ਨਿਜ਼ਮਾਂ ਵਿੱਚੋਂ ਸਿੱਖ ਕੇ ਜਿਉਣਾ ਚੰਗਾ ਲੱਗੇਗਾ ਰੱਬ ਦੇ ਗੁਣਾ ਵਾਲਾ ਚੰਗਾ ਜੀਵਨ ਚੰਗਾ ਲੱਗੇਗਾ ਇਹ ਜਦੋਂ ਸਮਝ ਪਾਏਗੀ ਪਤਾ ਲੱਗੇਗਾ ਰੱਬ ਆਪ ਬਖਸ਼ਿਸ਼ ਕਰਦੇ ਨੇ ਆਪ ਹੀ ਸੋਝੀ ਦਿੰਦੇ ਨੇ ਜਿੱਥੇ ਤਦ ਆਪ ਪਜਾਇਆ ਸਹਜੇ ਹੀ ਸੱਚ ਸਮਾਇਆ ਉਹਦੇ ਲਈ ਸਹਜ ਚਾਹੀਦਾ ਹੈ ਅਡੋਲਤਾ ਚਾਹੀਦੀ ਹੈ ਇੱਕ ਰਾਸ ਤੁਰਦੇ ਰਹਿਣਾ ਬਿਗਨ ਰੁਕਾਵਟਾਂ ਆਉਂਦੀਆਂ ਨੇ ਅੱਗੇ ਵਧਦੇ ਜਾਣਾ ਨiyet ਸ਼ੁੱਧ ਰੱਖਣੀ ਹੈ ਰੱਬ ਦੀ ਬਖਸ਼ਿਸ਼ ਮਿਲਦੀ ਹੈ ਤੇ ਇਹ ਮਨ ਸੱਚ ਦੇ ਪਿਆਰ ਵਿੱਚ ਸਮਾਇਆ ਰਹਿੰਦਾ ਹੈ ਸਤਿਗੁਰੂ ਕਿਰਪਾ ਕਰਨ ਜਿੰਨੀ ਕ ਬਾਣੀ ਸਮਝਾਵੇ ਪ੍ਰੈਕਟੀਕਲ ਜ਼ਿੰਦਗੀ ਜਿਉਣ ਦੇ ਲਈ ਅਰਦਾਸਾਂ ਕਰੀਏ ਉਦਮ ਕਰੀਏ ਉਦਮ ਜਿਹੜਾ ਹੈ ਉਹ ਜ਼ਿੰਦਗੀ ਦੇ ਚੱਪੂ ਨੇ ਇਹ ਜਿੰਨਾ ਚਿਰ ਜ਼ਿੰਦਗੀ ਦੀ ਬੇੜੀ ਸੰਸਾਰ ਸਮੁੰਦਰ ਵਿੱਚ ਹੈ ਇਹ ਚੱਪੂ ਚਲਾਉਂਦੇ ਰਹਿਣਾ ਪਵੇਗਾ ਕੱਲ ਨੂੰ ਫਿਰ 469 ਅੰਗ ਦੀ ਵਿਚਾਰ ਲੈ ਕੇ ਤੁਹਾਡੇ ਘਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਗੁਰੂ ਫਤਿਹ ਬੁੱਲਾ ਚੁੱਕਾਂ ਦੀ ਖਿਮਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ